ਥੋੜੀ ਪ੍ਰੋਪਰ ਇਸੇ ਕਰਕੇ ਸ਼ਹਿਰਾਂ ਦੇ ਵਿੱਚ ਨਵੇਂ ਸਾਲ ਮੌਕੇ ਨਾਕੇ ਲੱਗਦੇ ਨੇ ਇਹਨਾਂ ਵਰਗੇ ਸ਼ਰਾਬੀ ਚਾਲਕ। ਦੇਖੋ ਕਿਵੇਂ ਖਲਾਰਾ ਪਾਉਂਦੇ ਨੇ। ਪਹਿਲਾਂ ਤਾਂ ਇਸ ਗੱਡੀ ਵਾਲੇ ਨੇ ਨਾਕਾ ਤੋੜਿਆ, ਉਸ ਤੋਂ ਬਾਅਦ ਬੈਰੀਗੇਡ ਪੱਟ ਸੁੱਟੇ, ਬਾਅਦ ਦੇ ਵਿੱਚ ਗੱਡੀ ਬੈਕ ਕਰਦਾ ਹੋਇਆ ਇਸਨੇ ਇੱਕ ਥਾਰ ਭੰਨ ਦਿੱਤੀ। ਬਾਅਦ ਦੇ ਵਿੱਚ ਥਾਰ ਵਾਲਿਆਂ ਨੇ ਇਸ ਨੂੰ ਭੰਨਿਆ, ਰੋਕ ਕੇ। ਪੁਲਿਸ ਵੀ ਮੌਕੇ 'ਤੇ ਮੌਜੂਦ ਸੀ ਅਤੇ ਪੁਲਿਸ ਨੇ ਇਸ ਦੀ ਹੁਣ ਗੱਡੀ ਇੰਪਾਊਂਡ ਕਰ ਲਈ ਹੈ। ਤਾਂ ਐਕਸਯੂਵੀ ਗੱਡੀ ਆ, PB22 ਨੰਬਰ ਦੱਸਿਆ ਜਾ ਰਿਹਾ ਹੈ। ਅਤੇ ਇਹ ਨੌਜਵਾਨ ਨਸ਼ੇ ਦੇ ਵਿੱਚ ਧੁੱਤ ਸੀ, ਇਸ ਦੇ ਨਾਲ ਨੌਜਵਾਨ ਬੈਠੇ ਹੋਏ ਨੇ, ਕਾਫੀ ਤੇਜ਼ੀ ਦੇ ਨਾਲ ਗੱਡੀ ਚਲਾ ਕੇ ਲਿਆਉਂਦਾ ਹੈ। ਪੁਲਿਸ ਦੇ ਵੱਲੋਂ ਇਸ ਨੂੰ ਇਸ਼ਾਰਾ ਕੀਤਾ ਜਾਂਦਾ ਰੁਕਣ ਦਾ, ਪਰ ਇਹ ਰੁਕਦਾ ਨਹੀਂ ਕਿਉਂਕਿ ਇਹ ਨਸ਼ੇ ਦੇ ਵਿੱਚ ਹੁੰਦਾ, ਆਪਣੀ ਸੁੱਧ ਬੁੱਧ ਦੇ ਵਿੱਚ ਨਹੀਂ ਹੁੰਦਾ। ਸਿੱਧਾ ਜਾ ਕੇ ਬੈਰੀਗੇਡ ਦੇ ਵਿੱਚ ਗੱਡੀ ਮਾਰਦਾ, ਜਿਸ ਕਰਕੇ ਬੈਰੀਗੇਡ ਟੁੱਟ ਜਾਂਦੇ ਨੇ, ਇੱਧਰ ਉੱਧਰ ਡਿੱਗ ਜਾਂਦੇ ਨੇ। ਬਾਅਦ ਦੇ ਵਿੱਚ ਇਸ ਨੂੰ ਅੱਗੇ ਘੇਰਾ ਪਾ ਕੇ ਰੋਕਿਆ ਗਿਆ, ਫਿਰ ਇਸਨੇ ਭਜਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਬੈਕ ਕਰਨ ਵੇਲੇ ਸਿੱਧਾ ਇਹਨੇ ਥਾਰ ਦੇ ਵਿੱਚ ਲਿਆ ਕੇ ਗੱਡੀ ਮਾਰੀ, ਜਿਸ ਕਰਕੇ ਥਾਰ ਵਾਲਿਆਂ ਦਾ ਨੁਕਸਾਨ ਹੋਇਆ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਟਰਾਈ ਸਿਟੀ ਪੰਚਕੁਲਾ ਦੀਆਂ, ਜਿੱਥੇ ਨਵੇਂ ਸਾਲ 'ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਡਰਿੰਕ ਐਂਡ ਡਰਾਈਵ ਨਾਕੇ ਲਗਾਏ ਗਏ, ਤਾਂ ਕਿ ਕੋਈ ਵੀ ਵੱਡਾ ਹਾਦਸਾ ਨਾ ਹੋਵੇ, ਉਹ ਵੀ ਨਵੇਂ ਸਾਲ ਮੌਕੇ। ਤਾਂ ਇਸੇ ਤਰੀਕੇ ਦੇ ਨਾਲ ਪੰਚਕੁਲਾ ਵਿਖੇ ਵੀ ਇੱਕ ਨਾਕਾ ਲੱਗਾ ਹੋਇਆ ਸੀ, ਉੱਥੇ ਇਹ ਐਕਸਯੂਵੀ ਚਾਲਕ ਬੈਰੀਗੇਡ ਤੋੜਦਾ ਹੋਇਆ ਅੱਗੇ ਵਧਿਆ, ਇਸ ਨੂੰ ਅੱਗੇ ਘੇਰਾ ਪਾਇਆ ਗਿਆ, ਤਾਂ ਇਸਨੇ ਬੈਕ ਕਰਦੇ ਹੋਏ ਗੱਡੀ ਇੱਕ ਥਾਰ ਭੰਨ ਸੁੱਟੀ। ਥਾਰ ਦੀ ਜਿਹੜਾ ਬੋਨਟ ਹੈ ਉਹ ਭੰਨਿਆ ਗਿਆ, ਜਿਸ ਤੋਂ ਬਾਅਦ ਥਾਰ ਚਾਲਕਾਂ ਨੇ ਇਸ ਗੱਡੀ ਚਾਲਕ ਨੂੰ ਕਾਫੀ ਕੁੱਟਿਆ ਹੈ, ਥੱਪੜ ਥੁੱਪੜ ਮਾਰੇ ਗਏ ਨੇ। ਤਾਂ ਰਿਵਰਸ ਗੇਅਰ ਡਾਲ ਕੇ ਪਿੱਛੇ ਖੜੀ ਥਾਰ ਗੱਡੀ ਨੂੰ ਇਸਨੇ ਭੰਨਿਆ। ਮੌਕੇ 'ਤੇ ਪੁਲਿਸ ਕਰਮੀ ਮੌਜੂਦ ਸੀ, ਗ੍ਰਿਫਤਾਰ ਕਰ ਲਿਆ ਇਸ ਚਾਲਕ ਨੂੰ, ਅਤੇ ਬਾਅਦ ਦੇ ਵਿੱਚ ਇਸ ਦੀ ਗੱਡੀ ਵੀ ਇੰਪਾਊਂਡ ਕਰ ਦਿੱਤੀ ਗਈ ਹੈ। ਤਾਂ ਗੱਡੀ ਚਾਲਕ ਕਾਰਵਾਈ ਕੀਤੀ ਗਈ ਹੈ, ਗੱਡੀ ਚਾਲਕ 'ਤੇ। ਤਾਂ ਗੱਡੀ ਚਾਲਕ ਨੇ ਹਰਕਤ ਕੀਤੀ, ਉਹ ਵੀ ਨਵੇਂ ਸਾਲ ਦੀ ਰਾਤ 'ਤੇ। ਨਵੇਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ, 2023 ਜਾਣ ਵਾਲਾ ਹੈ ਅਤੇ 2024 ਆਉਣ ਵਾਲਾ ਹੈ। ਪੂਰਾ ਦੇਸ਼, ਪੂਰਾ ਵਰਲਡ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਹੈ। ਅਤੇ ਇਸੇ ਵਿਚਕਾਰ ਕਈ ਲੋਕ ਸ਼ਰਾਬ ਪੀ ਕੇ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ। ਜੇਕਰ ਸ਼ਰਾਬ ਪੀ ਕੇ ਗੱਡੀ ਚਲਾ ਵੀ ਰਿਹਾ ਸੀ ਤਾਂ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀ, ਡਰਿੰਕ ਐਂਡ ਡਰਾਈਵ ਦਾ ਚਲਾਨ ਕਟਵਾ ਲੈਂਦਾ। ਪਰ ਇਸਨੇ ਤਾਂ ਬੈਰੀਗੇਡ ਹੀ ਪੱਟ ਸੁੱਟੇ। ਜੇਕਰ ਬੈਰੀਗੇਡ ਜਾਂ ਗੱਡੀ ਕਿਸੇ ਪੁਲਿਸ ਵਾਲੇ 'ਚ ਵੱਜਦੀ, ਫਿਰ ਕੌਣ ਜ਼ਿੰਮੇਦਾਰ ਹੁੰਦਾ ਹੈ? ਤਾਂ ਬਾਅਦ ਦੀਆਂ ਗੱਲਾਂ ਨੇ, ਬਾਕੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੁਲਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਸ਼ਰਾਬੀ ਚਾਲਕ ਦੇ ਵੱਲੋਂ ਤਮਾਸ਼ਾ ਕੀਤਾ ਗਿਆ, ਗੱਡੀ ਭੰਨੀ ਗਈ, ਬੈਰੀਗੇਡ ਪੱਟ ਸੁੱਟੇ ਗਏ। ਚਿੰਤਾ ਨਾ ਕਰੋ, ਬਣਗੀ ਬਸ ਪੂਰੀ ਪ੍ਰੋਪਰ। ਨਾਮ ਕਿਆ ਹੈ, ਕਹਾਂ ਸੇ ਆਏ ਹੋ, ਨਾਮ ਕਿਆ ਆਪਕਾ, ਨਾਮ ਬਤਾਓ ਕਿਆ ਹੈ, ਤਰੀਕਾ ਕਿਆ ਹੈ?
अब ये मारने वाला काम मत करो, अब ये करेंगे प्रशासन करेगा, डिपार्टमेंट करेगा काम मारने वाला, आप मत करो। ਨੰਬਰ ਨੰਬਰ ਇੱਕ ਟੰਪਰੇ ਨੰਬਰ 2000 ਦਾ ਹੋ ਜਾਏਗਾ 5000